मैं प्रोग्राम शुरू करने तो पहला एक बेनती करनी चाहूँगा, जेरे जिन्हें भी सज्जन साढ़े देख रहे हैं कि दोस्तों जिन्होंने हुण तक साडा चैनल सबसक्राइब नहीं किया थले जिहड़ा लाल अखरां दे विच सबसक्राइब लिखा होया उहनूं सबसक्राइब करो नाल बैल दा बटन दबा के ਤਾਂ ਕਿ ਅਸੀਂ ਜਿਹੜਾ ਵੀ ਆਉਣ ਵਾਲਾ ਪ੍ਰੋਗਰਾਮ ਅਗਲਾ ਐਪੀਸੋਡ ਪਾਈਏ ਤੁਸੀਂ ਉਹਨੂੰ ਦੇਖ ਸਕੋ, ਕਿਉਂਕਿ ਬਾਅਦ ਦੇ ਵਿੱਚ ਕਈ ਸੱਜਣਾਂ ਦੇ ਫੋਨ ਆਉਂਦੇ ਨੇ ਕਿ ਤੁਹਾਡਾ ਪ੍ਰੋਗਰਾਮ ਅਸੀਂ ਇੱਕ ਵਾਰੀ ਦੇਖਿਆ ਜੀ ਦੂਸਰੀ ਵਾਰ ਲੱਭ ਨਹੀਂ ਰਿਹਾ, ਉਹਦਾ ਕਾਰਨ ਇਹੀ ਹੁੰਦਾ। ਇਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਹੀਰੇ ਪੰਜਾਬ ਦੇ ਤਹਿਤ ਅਸੀਂ ਪਹੁੰਚੇ ਹਾਂ ਰਾਜਸਥਾਨ ਦੇ ਵਿੱਚ, ਪਿੰਡ ਪੰਜ ਕੇਕੇ ਬੁੱਟਰ, ਜਿਹੜਾ ਕਿ ਸਵਰਗੀ ਗਾਇਕ ਮੇਜਰ ਰਾਜਸਥਾਨੀ ਜੀ ਦਾ ਪਿੰਡ ਹੈ। ਅਤੇ ਅਸੀਂ ਤੁਹਾਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਅਤੇ ਉਹਨਾਂ ਦੇ ਪਿੰਡ ਦੇ ਪਤਵੰਦੇ ਸੰਜਣਾਂ ਦੇ ਨਾਲ ਔਰ ਉਹਨਾਂ ਦੀਆਂ ਜਿਹੜੀ ਯਾਦਗਾਰੀ ਥਾਵਾਂ ਨੇ ਉਹਨਾਂ ਦੇ ਦਰਸ਼ਨ ਕਰਵਾ ਰਹੇ ਹਾਂ। ਅਤੇ ਮੇਰੇ ਨਾਲ ਬੈਠੇ ਨੇ ਉਹਨਾਂ ਦੇ ਵੱਡੇ ਭਰਾ ਸਰਦਾਰ ਬੋਹੜ ਸਿੰਘ ਜੀ, ਜਿਹੜੇ ਖੁਦ ਵੀ ਇੱਕ ਗਾਇਕ ਨੇ ਔਰ ਸਵਰਗੀ ਮੇਜਰ ਰਾਜਸਥਾਨੀ ਜੀ ਦੇ ਵੱਡੇ ਭਰਾ ਨੇ, ਜਿਹੜੇ ਉਹਨਾਂ ਦੇ ਨਾਲ ਲੰਮਾ ਸਮਾਂ ਵਿਜਰੇ ਨੇ, ਜਿਨ੍ਹਾਂ ਇਹ ਇਕੱਠੇ ਜਿਹੜੇ ਗਾਇਕੀ ਦੇ ਦੌਰਾਨ ਇਕੱਠੇ ਪ੍ਰੋਗਰਾਮ ਲਾਉਂਦੇ ਰਹੇ ਨੇ ਸਾਰਾ ਕੁਝ। ਅਤੇ ਆਪਾਂ ਬੋਹੜ ਜੀ ਦੇ ਨਾਲ ਗੱਲ ਕਰਦੇ ਹਾਂ। ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਾਡੇ ਪ੍ਰੋਗਰਾਮ ਹੀਰੇ ਪੰਜਾਬ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਜੀ। ਹਾਂਜੀ, ਅਸੀਂ ਵੀ ਜੀ ਸਾਰੇ ਹੀਰੇ ਪੰਜਾਬ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੀਮਤੀ ਸਮਾਂ ਕੱਢ ਕੇ ਆ ਕੇ ਸਾਡੇ ਪਿੰਡ ਸਾਡਾ ਨਾਂ ਉੱਚਾ ਕੀਤਾ ਅਤੇ ਪਿੰਡ ਦੀ ਸ਼ਾਨ ਵਧਾਈ। ਦਰਸ਼ਕੋ, ਬਾਕੀ ਗੱਲਾਂ ਤਾਂ ਤੁਸੀਂ ਜਾਣਦੇ ਹੀ ਹੋ, ਕਿਉਂਕਿ ਜੇ ਤੁਸੀਂ ਇਹ ਜਾਣਦੇ ਹੋ ਕਿ ਸਵਰਗੀ ਮੇਜਰ ਰਾਜਸਥਾਨੀ ਜੀ ਦਾ ਜਨਮ ਪੰਜ ਕੇਕੇ 'ਚ ਹੋਇਆ, ਤਾਂ ਮਤਲਬ ਕਿ ਬੋਹੜ ਰਾਜਸਥਾਨੀ ਜੀ ਦਾ ਜਨਮ ਵੀ ਪੰਜ ਕੇਕੇ 'ਚ ਹੋਇਆ, ਪੰਜ ਭਰਾ ਸੀਗੇ, ਉਹ ਸਾਰੀਆਂ ਗੱਲਾਂ ਤੁਸੀਂ ਵਾਰ ਵਾਰ ਬਹੁਤ ਵਾਰ ਸੁਣ ਚੁੱਕੇ ਹੋ। ਆਪਾਂ ਗੱਲ ਇੱਥੋਂ ਸ਼ੁਰੂ ਕਰਦੇ ਹਾਂ ਭਾਅ ਜੀ ਬੋਹੜ ਜੀ, ਹਾਂਜੀ, ਕਿ ਮੇਜਰ ਰਾਜਸਥਾਨੀ ਜੀ ਨੂੰ ਕਦੋਂ ਕੁ ਸ਼ੌਕ ਪਿਆ ਗਾਇਕੀ ਦਾ, ਕਿਉਂਕਿ ਤੁਸੀਂ ਸਭ ਤੋਂ ਨੇੜੇ ਸੀਗੇ ਉਹਨਾਂ ਦੇ? ਮੇਜਰ ਰਾਜਸਥਾਨੀ ਨੂੰ ਜੀ ਜਦੋਂ ਤੋਂ ਸਕੂਲੇ ਪੜ੍ਹਦਾ ਸੀ ਉਦੋਂ ਇਹਨੂੰ ਬਾਲ ਸਭਾ ਜਦੋਂ ਹੁੰਦੀ ਉਦੋਂ ਮੇਜਰ ਰਾਜਸਥਾਨੀ ਸਕੂਲ 'ਚ ਪ੍ਰਾਇਮਰੀ 'ਚ ਤੋਂ ਇਹਨੂੰ ਸ਼ੌਕ ਸੀਗਾ, ਪੰਜਵੀਂ ਛੇਵੀਂ ਕਲਾਸ ਤੋਂ। ਹਾਂਜੀ 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 ਹਾਂਜੀ। ਅਤੇ ਉਸ ਤੋਂ ਬਾਅਦ ਇਹ ਜਦੋਂ ਸਕੂਲ 'ਚ ਵੀ ਗਾਉਂਦਾ ਰਿਹਾ ਜੀ, ਉਸ ਤੋਂ ਬਾਅਦ ਜਿਵੇਂ ਜਾਗਣ ਲੱਗਣੇ ਜਾਂ ਸਾਡੇ ਡੇਰੇ ਸਮਾਗਮ ਹੁੰਦਾ ਸੀ, ਹੁਣ ਅੱਸੂ ਦੀ ਪੁੰਨਿਆ ਦਾ ਮੇਲਾ ਲੱਗਦਾ ਸਾਡੇ, ਉਦੋਂ ਇਹਨੇ ਮੇਲੇ ਤੋਂ ਹੀ ਸਟਾਰਟ ਕਰਿਆ ਜੀ ਜੀ। ਅਤੇ ਮੇਲੇ ਤੋਂ ਸਟਾਰਟ ਕਰਕੇ ਫਿਰ ਇਹ ਉਸ ਤੋਂ ਬਾਅਦ ਇਹ ਜਿਵੇਂ ਨੇੜੇ ਪਿੰਡਾਂ ਜਾਗਣ ਲੱਗਣੇ ਇਹਨੂੰ ਬੁਲਾ ਲੈਂਦੇ, ਅਤੇ ਜਾਗਣ 'ਤੇ ਉਦੋਂ ਇਹ ਚਮਕੀਲਾ ਜਾਂ ਦਦਾਰ ਗਾਉਂਦਾ ਸੀ ਜੀ। ਹਾਂਜੀ। ਅੱਛਾ, ਮਤਲਬ ਬਚਪਨ ਤੋਂ ਹੀ ਪੰਜਵੀਂ ਛੇਵੀਂ ਕਲਾਸ ਤੋਂ ਹੀ ਸ਼ੌਕ ਸੀ ਜਾਗਰਣ ਮੇਲੇ? ਹਾਂਜੀ ਹਾਂਜੀ, ਜਾਂ ਨਗਰ ਕੀਰਤਨ ਦੇ ਵਿੱਚ ਗਾਉਣਾ? ਹਾਂਜੀ ਹਾਂਜੀ ਹਾਂਜੀ। ਤੇ ਪੜ੍ਹਾਈ ਕਿੱਥੋਂ ਤੱਕ ਕੀਤੀ ਸੀ ਉਹਨਾਂ? ਪੜ੍ਹਾਈ ਜੀ ਉਹਨੇ ਪ੍ਰਾਇਮਰੀ ਪੰਜ ਕੇਕੇ ਚੀਦਾ ਬੁੱਟਰ ਤੋਂ ਕਰੀ ਜੀ, ਦਸਵੀਂ ਉਹਨੇ ਰੱਤੇ ਵਾਲੇ ਤੋਂ ਕਰੀ ਜੀ 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 ਜੀ। ਹਾਂਜੀ, ਤੇ 11ਵੀਂ ਉਹਨੇ ਪਦਮਪੁਰੋਂ ਕਰੀ। ਅੱਛਾ, 11 ਤੱਕ ਪੜ੍ਹੇ? ਹਾਂਜੀ 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 ਤੱਕ, ਠੀਕ ਹੈ। ਤੇ 11ਵੀਂ ਤੋਂ ਬਾਅਦ ਫਿਰ ਜਦੋਂ ਸ਼ੌਂਕ ਤੇ ਤੁਸੀਂ ਜਿਵੇਂ ਦੱਸਿਆ ਬਚਪਨ ਤੋਂ ਹੀ ਸੀਗਾ, ਹਾਂਜੀ, ਤੇ ਫਿਰ ਜਿਵੇਂ ਅਕਸਰ ਸੁਣਨ ਦੇ ਵਿੱਚ ਆਇਆ ਜਾਂ ਤੁਹਾਡੇ ਵੱਡੇ ਭਰਾ ਸਾਹਿਬ ਨੇ ਵੀ ਦੱਸਿਆ ਕਿ ਕੋਈ ਘਰੇਲੂ ਪ੍ਰੋਬਲਮ ਆ ਗਈ ਹੈ ਨਾ ਤੁਹਾਨੂੰ ਕੋਈ? ਹਾਂਜੀ 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 ਹਾਂਜੀ। ਉਸ ਤੋਂ ਬਾਅਦ ਫਿਰ ਉਹ ਖੇਤੀਬਾੜੀ ਦੇ ਵਿੱਚ? ਹਾਂਜੀ, ਜਦੋਂ ਉਧਰੋਂ ਆ ਗਿਆ ਉਹ, ਉਸ ਤੋਂ ਬਾਅਦ ਉਹ ਖੇਤੀ ਕਰਦਾ ਰਿਹਾ। 1990 ਦੇ ਵਿੱਚ ਮੈਂ ਛੁੱਟੀ ਆਇਆ ਜੀ, ਤਾਂ ਉਦੋਂ ਅਸੀਂ ਸਾਡੇ ਕੋਲ ਪਹਿਲਾਂ T25 ਹਰਸ਼ਾ ਟਰੈਕਟਰ ਹੁੰਦਾ ਸੀ ਜੀ, ਉਹ ਅਸੀਂ 29,000 ਦਾ ਵੇਚਿਆ, ਵੇਚਤਾ ਮੈਥੋਂ ਆਉਣ ਤੋਂ ਪਹਿਲਾਂ। ਤੇ ਫਿਰ 1,29,000 ਦਾ ਮਹਿੰਦਰਾ DI ਟਰੈਕਟਰ ਕਢਵਾ ਕੇ ਲੈਂਦਾ ਪਦਮਪੁਰ ਤੋਂ, ਉਦੋਂ ਬਾਈ ਹਰਬੰਸ ਵੀ ਇੱਥੇ ਆ ਗਿਆ ਸੀ। ਅੱਛਾ ਜੀ, ਹਾਂਜੀ। ਅੱਛਾ ਜੀ, 1900 ਕਿੰਨੇ 'ਚ ਦੱਸਿਆ? 1990 'ਚ। 1990 'ਚ ਟਰੈਕਟਰ ਲਿਆ ਤੁਸੀਂ? ਹਾਂਜੀ ਹਾਂਜੀ ਹਾਂਜੀ। ਅਤੇ ਫਿਰ ਜਿੰਨਾ ਕੁ ਮੈਂ ਸੁਣਿਆ ਕਿ ਮੇਜਰ ਰਾਜਸਥਾਨੀ ਜੀ ਦੇ ਬਸ ਟਰੈਕਟਰ ਚਲਾਉਣ ਦੇ ਬੜੇ ਸ਼ੌਕੀਨ ਸੀ। ਬਹੁਤ ਬਹੁਤ ਜ਼ਿਆਦਾ ਜੀ, ਉਹ ਟਰੈਕਟਰ ਜਿੰਨਾ ਚਿਰ ਉਹਨੇ ਟਰੈਕਟਰ ਚਲਾਇਆ ਜਾਂ ਵਾਹਿਆ, ਉਹਨੇ ਹੋਰ ਕਿਸੇ ਟਰੈਕਟਰ ਨੂੰ ਨਹੀਂ ਹੱਥ ਲਾਉਣ ਦਿੱਤਾ, ਕਿਸੇ ਹੋਰ ਨੂੰ ਨਹੀਂ ਹੱਥ ਲਾਉਣਾ। ਨਹੀਂ ਨਹੀਂ, ਤੇ ਨਾਲ ਨਾਲ ਗਾਉਂਦੇ ਰਹਿਣਾ? ਨਾਲ ਗਾਉਂਦਾ ਵੀ ਰਹਿੰਦਾ, ਤੇ ਬਾਕੀ ਜਦੋਂ ਅਸੀਂ ਉਦੋਂ ਪਿੜਾਂ ਦਾ ਹੁੰਦਾ ਸੀ, ਹੁਣ ਤਾਂ ਖੇਤਾਂ 'ਚ ਕੰਮ, ਉਦੋਂ ਪਿੜ ਹੁੰਦੇ ਸੀ, ਪਿੜਾਂ ਦੇ ਵਿੱਚ ਟਰੈਕਟਰ ਠੱਲਣਾ ਜਾਂ ਛੋਲੇ ਗਾਉਣੇ ਜਾਂ ਕਣਕ ਕੱਢਣੀ, ਉਦੋਂ ਟਰੈਕਟਰ ਉਹਨੇ ਖੇਸ ਪਾ ਕੇ ਠੱਲਣਾ ਟਰੈਕਟਰ ਪਿੜਾਂ ਦੇ ਉੱਤੇ, ਇੰਨਾ ਸੰਭਾਲ ਕਰ, ਬਹੁਤ ਜ਼ਿਆਦਾ ਹੱਦੋਂ ਜ਼ਿਆਦਾ। ਵਾਹ ਜੀ ਵਾਹ। ਫਿਰ ਇੰਨੀ ਖੇਤੀਬਾੜੀ ਮਤਲਬ ਪੂਰੀ ਤਨ ਮਨ ਦੇ ਨਾਲ? ਪੂਰਾ ਜੀ, ਖੇਤੀ ਉਹ ਜਿੰਨਾ ਚਿਰ ਮੈਂ ਨਹੀਂ ਆਇਆ ਉਨਾ ਚਿਰ ਖੇਤੀ ਉਹ ਕਰਦਾ ਰਿਹਾ। ਬਹੁਤ ਵਧੀਆ, ਮਤਲਬ ਕਮਾਈ ਕਰਦਾ ਰਿਹਾ? ਹਾਂਜੀ ਹਾਂਜੀ ਹਾਂਜੀ, ਬਾਈ ਚੜ੍ਹ ਸਿਓ, ਤੇ ਉਹ ਬਾਹਰ ਸੰਭਾਲਦਾ ਸੀ, ਇਹ ਬਾਕੀ ਪਿੱਛਾ ਸੰਭਾਲਦਾ ਸੀ, ਤੇ ਇਹਨਾਂ ਨੇ ਬਾਕੀ ਇੱਕ ਦੋ ਸੀਰੀ ਹੁੰਦੇ ਸੀ ਜੀ ਜੀ। ਖੇਤੀ ਸਾਡੇ ਕੋਲੇ ਬਹੁਤ 8-8, 10-10 ਮਰਬਿਆਂ ਦੀ ਖੇਤੀ ਰਹੀ ਹੈ ਜੀ ਜੀ ਜੀ। ਤੇ ਸਾਰੀ ਜਿਹੜੀ ਆ ਉਹ ਟਰੈਕਟਰ ਦੀ ਜ਼ਿੰਮੇਵਾਰੀ ਉਹਨਾਂ ਦੀ? ਉਸੇ ਦੀ ਜ਼ਿੰਮੇਵਾਰੀ ਜੀ। ਅੱਛਾ ਅੱਛਾ ਜੀ। ਤੇ ਫਿਰ ਜਦੋਂ ਖੇਤੀਬਾੜੀ ਕਰਦੇ ਆ ਤੁਸੀਂ ਵੀ ਆ ਗਏ ਘਰ, ਤੇ ਫਿਰ ਉਹਨੇ ਕਦੋਂ ਕਿਹਾ ਕਿ ਹੁਣ ਮੈਂ ਇਹ ਜੀ ਸਾਡਾ ਉਹ ਪਹਿਲਾਂ ਹੀ ਵਾਅਦਾ ਹੋ ਚੁੱਕਿਆ ਸੀ, ਉਹਨੇ ਕਿਹਾ ਵੀ ਜਦੋਂ ਤੂੰ ਉਧਰੋਂ ਆ ਗਿਆ ਤਾਂ ਉਦੋਂ ਮੈਂ ਪੰਜਾਬ ਉੱਠ ਜਾਣਾ। ਅੱਛਾ, ਜਦੋਂ ਹਾਂਜੀ ਜਦੋਂ ਮੈਂ ਉਧਰੋਂ ਆ ਗਿਆ ਉਦੋਂ ਮਹੀਨੇ ਦੋ ਮਹੀਨਿਆਂ ਬਾਅਦ ਹੀ ਉਹ ਪੰਜਾਬ ਉੱਠ ਗਿਆ, ਐਸੇ ਘਰ 'ਚ ਰਹਿੰਦਾ ਸੀ ਉਹ, ਐਸੇ ਘਰ 'ਚੋਂ ਹੀ ਉਹ ਪੰਜਾਬ ਗਿਆ।
ਜੀ ਜੀ ਸਾਰੇ ਮਤਲਬ ਤੁਸੀਂ ਉਦੋਂ ਪੰਜੇ ਭਰਾ ਇਕੱਠੇ ਸੀਗੇ ਨਹੀਂ ਅਸੀਂ ਤਿੰਨ ਇਕੱਠੇ ਸੀ ਤਿੰਨ ਇਕੱਠੇ ਹਾਂ ਬਾਈ ਚੜ੍ਹ ਸਿਓ ਤੇ ਮੈਂ ਤੇ ਮੇਜਰ ਅਸੀਂ ਤਿੰਨ ਇਕੱਠੇ ਸੀ ਜੀ ਇਹ ਬਾਈ ਉਧਰਲੇ ਕਰੇ ਸੀ ਅਸੀਂ ਦੋਨੋਂ ਇਧਰਲੇ ਕਰੇ ਸੀਗੇ ਜੀ 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 ਖੇਤੀ ਸਾਡੀ ਇਕੱਠੀ ਸੀ ਕਰਤਾ ਤਰਤਾ ਸਾਡਾ ਬਾਈ ਚੜ੍ਹ ਸਿੰਘ ਸੀ ਮਤਲਬ ਜਦੋਂ ਤੁਸੀਂ ਜੇਲ੍ਹ 'ਚ ਸੀਗੇ ਉੱਥੇ ਹੀ ਪ੍ਰੋਮਿਸ ਹੋ ਗਿਆ ਸੀ ਕਿ ਮੈਂ ਹੁਣ ਹਾਂ ਫਾਈਨਲ ਸੀ ਉੱਥੇ ਜੇਲ੍ਹ 'ਚ ਵੀ ਹੀ ਗਾਉਂਦਾ ਰਹਿੰਦਾ ਸੀ ਉੱਥੇ ਵੀ ਸ਼ਾਮ ਨੂੰ ਅਸੀਂ ਟਾਈਮ ਪਾਸ ਵਾਸਤੇ ਘੰਟਾ ਦੋ ਘੰਟੇ ਮਤਲਬ ਗਾਉਂਦੇ ਗਾਉਣਾ ਤੇ ਕਹਿਣਾ ਕਿ ਜਦੋਂ ਤੁਸੀਂ ਆ ਗਏ ਤੇ ਮੈਂ ਉਦੋਂ ਹਾਂਜੀ ਇਹ ਸਾਡਾ ਫਾਈਨਲ ਕੈਸਟ ਕਰਾਉਣੀ ਹਾਂਜੀ ਜੀ ਪਹਿਲਾਂ ਵਾਅਦੇ ਹੋ ਚੁੱਕੇ ਸੀ ਜੀ 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 ਹਾਂਜੀ ਅੱਛਾ ਫਿਰ ਉਹ ਮਤਲਬ ਜਦੋਂ ਤੁਸੀਂ ਆ ਗਏ ਤੁਸੀਂ ਖੇਤੀ ਸੰਭਾਲ ਲਿਆ ਗਏ ਹਾਂਜੀ ਹਾਂਜੀ ਫਿਰ ਉਹ ਪੰਜਾਬ ਚਲੇ ਗਏ ਹਾਂਜੀ ਉਹ ਪੰਜਾਬ ਚਲਿਆ ਗਿਆ ਉਹ ਇੱਥੋਂ ਮੇਰਾ ਖਿਆਲ ਦੌਲੋ ਪਿੰਡ ਆ ਇਹਦੇ ਮੇਜਰ ਦੇ ਘਰ ਵਾਲੀ ਦਾ ਮਾਸੜ ਸੀਗਾ ਜੀ ਉਹਦੇ ਕੋਲੇ ਉਹ ਉੱਥੇ ਉੱਠ ਗਿਆ ਸੀਗਾ ਅੱਛਾ ਦੌਲੋ ਹਾਂਜੀ 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 ਠੀਕ ਹੈ ਉੱਥੇ ਉਹਨੇ ਕੈਸਟ ਕਰਵਾਈ ਮਾਲਵੇ ਦੇ ਮੁੰਡੇ ਨਾਲ ਵਿਆਹ ਦੇ ਜੀ ਉਹ ਕੈਸਟ ਅਸੀਂ ਦਿੱਤੀ ਵੀ ਦੁਕਾਨਾਂ ਦੁਕਾਨਾਂ ਤੇ ਪਰ ਇੰਨੀ ਚੱਲੀ ਨਹੀਂ ਜੀ ਉਸ ਤੋਂ ਬਾਅਦ ਜੀ ਜਸਵੰਤ ਬੋਪਾ ਜੀ ਰਾਏ ਸਾਡੇ ਮਾਸੀ ਦੇ ਜਵਾਈ ਆ ਜੀ ਇਹ ਉੱਥੋਂ ਜਦੋਂ ਦੂਸਰੀ ਕੈਸਟ ਕਰਵਾਈ ਤੇ ਬੋਪਾ ਰਾਏ ਸਾਹਿਬ ਕੋਲੇ ਆ ਗਏ ਜੀ ਬੋਪਾ ਰਾਏ ਸਾਹਿਬ ਕੋਲੇ ਆ ਗਏ ਤੇ ਉਦੋਂ ਇਹ ਫਿਰ ਕੈਸਟ ਕਰਵਾਈ ਮੰਗਣੀ ਕਰਾ ਲਈ ਚੋਰੀ ਚੋਰੀ ਜੀ ਜੀ ਇਹ ਕੈਸਟ ਵੀ ਅਸੀਂ ਮੈਂ ਆਪ ਖੁਦ ਝੋਲੇ 'ਚ ਪਾ ਕੇ 15 ਰੁਪਏ ਪੀਸ ਵੇਚਿਆ ਜੀ 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 ਬਹੁਤ ਮਿਹਨਤ ਕੀਤੀ ਤੁਸੀਂ ਹਾਂਜੀ 15 ਰੁਪਏ ਪੀਸ ਵੇਚਿਆ ਆਮ ਵੀ ਯਾਰਾਂ ਦੋਸਤਾਂ ਨੂੰ ਵੀ ਵੰਡੀਆਂ ਤੇ ਉਹ ਕੈਸਟ ਜ 25% ਸਾਨੂੰ ਉਹਦਾ ਹੌਸਲਾ ਮਿਲਿਆ ਜੀ ਮਤਲਬ ਰਿਕਵਰੀ ਹੋ ਗਈ ਪੈਸੇ ਹਾਂਜੀ ਹਾਂਜੀ ਉਹ ਤੇ ਸਾਨੂੰ ਅਨੁਮਾਨ ਹੋ ਗਿਆ ਵੀ ਇਹ ਚੱਲੂਗਾ ਚੱਲੂਗਾ ਹਾਂਜੀ ਉਸ ਤੋਂ ਅੱਗੇ ਅਗਲੀ ਕੈਸਟ ਜਿੰਦ ਲਿਖਤੀ ਤੇਰੇ ਨਾਂ ਜੀ ਤੀਸਰੀ ਹਾਂਜੀ ਅੱਖਰਾਂ 'ਚ ਤੂੰ ਦੱਸਦਾ ਜੀ 95 'ਚ ਆਈ ਕਾਰ ਹੀ ਬਣਾ ਲਈ ਜਿਹੜੀ ਸੁਪਰ ਹਿੱਟ ਕਰਤਾ ਆ 95 ਦੇ ਉਹ ਤੇ ਕਾਰ ਰੀਬਨਾ ਵਾਲੀ ਤੋਂ ਬਾਅਦ ਤੇ ਫਿਰ ਸੁਪਰ ਹਿੱਟ ਕਲਾਕਾਰ ਬਣ ਗਿਆ ਹਾਂਜੀ 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 ਅੱਛਾ ਜਦੋਂ ਕਾਰ ਰੀਬਨਾ ਵਾਲੀ ਆ ਗਈ ਤਾਂ ਉਸ ਤੋਂ ਪਹਿਲਾਂ ਜਿਹੜੀਆਂ ਕੈਸਟਾਂ ਦੋ ਤਿੰਨ ਆਈਆਂ ਉਹਦੇ ਦੌਰਾਨ ਉਹ ਪੰਜਾਬ ਰਹਿੰਦੇ ਸੀ ਹਾਂਜੀ ਬੋਪਾ ਰਾਜ ਕੋਲੇ ਆਉਣ ਜਾਣ ਤਾਂ ਸਾਡਾ ਸੀਗਾ ਹੀ ਆਉਣ ਜਾਣ ਹੈ ਸੀ ਆਉਣ ਜਾਣ ਤਾਂ ਸੀਗਾ ਹੀ ਪਰ ਉਹ ਰਹਿਣ ਬੋਪਾ ਰਾਜ ਕੋਲੇ ਸੀ ਉੱਥੇ ਤਿਆਰੀ ਮਤਲਬ ਪੂਰੀ ਤਿਆਰੀ ਬੋਪਾ ਰਾਜ ਦੇ ਨਛੱਤਰ ਛੱਤੇ ਵਾਲੇ ਦਫ਼ਤਰ ਦੇ ਵਿੱਚ ਜਾਂ ਬੋਪਾ ਰਾਜ ਦੀ ਬੈਠਕ ਸੀਗੀ ਨਾਲ ਗੇਟ ਦੇ ਨਾਲ ਬਾਹਰ ਰੋਡ ਤੇ ਉੱਥੇ ਤਿਆਰੀ ਹੁੰਦੀ ਸੀ ਉੱਥੇ ਤਿਆਰੀ ਚੱਲਦੀ ਰਹੀ ਹਾਂਜੀ 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 ਫਿਰ ਜਦੋਂ 95 'ਚ ਉਹ ਸਟਾਰ ਬਣਦੇ ਨੇ ਹਾਂਜੀ ਤੇ ਫਿਰ ਤੇ ਉਹ ਕਾਫੀ ਬਿਜੀ ਹੋ ਗਏ ਹੋਣੇ ਫਿਰ ਪਿੰਡ ਦਾ ਆਉਣ ਜਾਣ ਕਿੰਨਾ ਕਰਿਆ ਬਹੁਤ ਘੱਟ ਮੇਰੇ ਕੋਲ ਜਦੋਂ ਪ੍ਰੋਗਰਾਮ ਤੋਂ ਟਾਈਮ ਹੀ ਨਹੀਂ ਮਿਲਦਾ ਸੀ ਹਾਂਜੀ ਦੋ ਦੋ ਤਿੰਨ ਤਿੰਨ ਪ੍ਰੋਗਰਾਮ ਹਾਂਜੀ 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 ਤਿੰਨ ਪ੍ਰੋਗਰਾਮ ਮੇਰੇ ਆਪਦੇ ਹੱਥੀ ਲੱਗੇ ਆ ਪਹਿਲਾ ਪ੍ਰੋਗਰਾਮ ਉਹਦੇ ਹਾਲਾਂਕਿ ਸਾਜੀ ਅੱਗੇ ਪਿੱਛੇ ਹੋ ਗਏ ਸੀ ਉਦੋਂ ਕਿਉਂ ਉਦੋਂ ਮੋਬਾਈਲਾਂ ਦੇ ਸਾਧਨ ਨਹੀਂ ਸੀਗੇ ਪਹਿਲਾ ਪ੍ਰੋਗਰਾਮ ਅਸੀਂ ਬੜੋਪੜ ਲਾਇਆ ਬੜੋਪੜ ਪਿੰਡ ਆ ਜੀ ਅੱਛਾ ਇੱਧਰ ਕਰਨਪੁਰ ਕੋਲੇ ਜੀ ਬੜੋਪੜ ਲਾਇਆ ਬੜੋਪੜ ਸਾਡੀ ਉਹਨਾਂ ਨਾਲ ਸਟੇਜ ਤੇ ਟਾਈਮ ਪਿੱਛੇ ਸਾਡੀ ਗੋਲੀ ਵੀ ਚੱਲ ਗਈ ਉੱਥੇ ਅੱਛਾ ਹਾਂਜੀ ਤੇ ਉੱਥੇ ਉਹ ਪ੍ਰੋਗਰਾਮ ਲਾ ਕੇ ਫਿਰ ਅਸੀਂ 40 F ਚ ਲਾਇਆ ਪ੍ਰੋਗਰਾਮ ਜੀ 40 F ਚਲਾ ਕੇ ਫਿਰ ਅਸੀਂ ਹਨੂਮਾਨਗੜ੍ਹ ਦੇ ਕੋਲੇ ਸ਼ੇਰਗੜ੍ਹ ਪਿੰਡ ਆ ਬਲਕਾਰਨ ਮਾਸਟਰ ਦੇ ਲਾਇਆ ਪਰ ਉਹ ਅਸੀਂ ਪਿੰਡ ਦੇ ਬਿਲਕੁਲ ਉਹਨਾਂ ਦੇ ਘਰ ਕੋਲੇ ਪਹੁੰਚ ਕੇ ਗੱਡੀ ਖਰਾਬ ਹੋ ਗਈ ਫਿਰ ਉਹ ਪ੍ਰੋਗਰਾਮ ਅਸੀਂ ਕੈਂਸਲ ਕਰਤਾ ਹਾਲਾਂਕਿ ਲਾ ਸਕਦੇ ਸੀ ਅਸੀਂ ਆਖਿਆ ਵੀ ਹੁਣ ਥੋੜਾ ਲੇਟ ਹੋ ਗਏ ਹੋ ਸਕਦਾ ਵੀ ਇੱਥੇ ਬੁਪਰਾਜ ਨੂੰ ਸਾਹਿਬ ਨੂੰ ਵੀ ਪਤਾ ਤੇ ਵੀ ਉਹ ਅਸੀਂ ਫਿਰ ਉਹ ਕੈਂਸਲ ਕਰਕੇ ਤੇ ਵਾਪਸ ਅਗਲੇ ਦਿਨ ਸਾਡਾ ਸਰਸੇ ਕੋਲੇ ਬਰੂ ਵਾਲੇ ਪਿੰਡ ਅਗਲੇ ਦਿਨ ਤੜਕੇ ਪ੍ਰੋਗਰਾਮ ਸੀ ਫਿਰ ਰਾਤ ਨੂੰ ਗੱਡੀ ਤਿਆਰ ਕਰਵਾ ਕੇ ਤੇ ਅਸੀਂ ਬਰੂ ਵਾਲੇ ਪਿੰਡ ਜਾ ਲਾਇਆ ਪ੍ਰੋਗਰਾਮ ਬੜੀ ਮਤਲਬ ਉਸ ਵੇਲੇ ਕਹਿ ਸਕਦੇ ਹਾਂ ਕਿ ਮਹਾਰਾਜ ਦੀ ਕਿਰਪਾ ਸੀਗੀ ਕਿ ਤਿੰਨ ਤਿੰਨ ਚਾਰ ਚਾਰ ਪ੍ਰੋਗਰਾਮ ਜਿਹੜੇ ਤੁਸੀਂ ਡੇਲੀ ਲਾਉਂਦੇ ਸੀ ਤੇ ਫਿਰ ਤੁਸੀਂ ਵੀ ਸੁਣਨ ਚਾਹੁੰਦਾ ਕਿ ਤੁਸੀਂ ਵੀ ਉਹਨਾਂ ਦੇ ਨਾਲ ਹੀ ਹੁੰਦੇ ਸੀ ਪ੍ਰੋਗਰਾਮ ਮੈਂ ਰਾਜਸਥਾਨ 'ਚ ਹੀ ਨਾਲ ਹੁੰਦਾ ਸੀ ਜੀ ਅੱਛਾ ਜੀ ਪੰਜਾਬ ਨਹੀਂ ਕਿਉਂਕਿ ਰਾਜਸਥਾਨ 'ਚ ਫਿਰ ਤੁਹਾਨੂੰ ਤੁਹਾਡੀ ਥੋੜੀ ਅਣਬਣ ਵੀ ਚਾਹੀਦੀ ਹੈ ਇਸੇ ਚੱਕਰ 'ਚ ਜਿੰਨੇ ਪੰਜਾਬ ਰਾਜਸਥਾਨ 'ਚ ਪ੍ਰੋਗਰਾਮ ਹੁੰਦੇ ਸੀ ਦੋ ਦੋ ਤਿੰਨ ਤਿੰਨ ਗੱਡੀਆਂ ਮੇਰੇ ਯਾਰ ਦੋਸਤ ਜਿੰਨੇ ਯਾਰ ਬੇਲੀ ਬਹੁਤ ਸੀ ਮੇਰੇ ਇਸ ਕੰਮ ਵਾਲੇ ਤੇ ਅਸੀਂ ਜਦੋਂ ਮੈਂ ਉਹ ਫੋਨ ਮਾਰਦਾ ਤੇ ਫਿਰ ਲਗਾਤਾਰ ਕਿ ਮਹੀਨਾ ਮਹੀਨਾ ਦੋ ਦੋ ਮਹੀਨੇ ਚੱਲੀ ਜਾਂਦਾ ਸੀ ਫਿਰ ਇਕੱਠੀ ਦਸ ਜਦੋਂ ਅਸੀਂ ਪ੍ਰੋਗਰਾਮ ਲਾ ਕੇ ਨਿਕਲਦੇ ਦਸ ਦਸ ਗੱਡੀਆਂ ਨਿਕਲਦੀਆਂ ਸੀ ਦਸ ਦਸ ਗੱਡੀਆਂ ਨਿਕਲਦੀਆਂ ਸੀ ਵੀ ਲੋਕ ਮਹਿਣਾ ਰੱਖਦਾ ਸੀ ਲੋਕ ਕਹਿੰਦੇ ਕੋਈ ਮਨਿਸਟਰ ਜਾਂਦਾ ਠੀਕ ਹੈ ਜੀ ਠੀਕ ਹੈ ਦੋਸਤੋ ਸਾਡੇ ਨਾਲ ਨੇ ਪ੍ਰਸਿੱਧ ਗਾਇਕ ਮੇਜਰ ਰਾਜਸਥਾਨੀ ਜੀ ਦੇ ਵੱਡੇ ਭਰਾ ਬੋਹੜ ਰਾਜਸਥਾਨੀ ਜੀ ਮਿਲਦੇ ਆ ਨਿੱਕੀ ਜੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਤੇ ਸਾਡੇ ਨਾਲ ਨੇ ਮੇਜਰ ਰਾਜਸਥਾਨੀ ਜੀ ਦੇ ਵੱਡੇ ਭਰਾ ਬੋਹੜ ਰਾਜਸਥਾਨੀ ਜੀ ਬੋਹੜ ਭਾਜੀ ਚਾਰ ਚਾਰ ਪ੍ਰੋਗਰਾਮ ਲਾਉਣੇ ਰੋਜ਼ ਹਾਂਜੀ ਹਾਂਜੀ ਤੇ ਇਨਕਮ ਵੀ ਚਲੋ ਬਹੁਤ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਹੋ ਗਿਆ ਹੋਣਾ ਹਾਂਜੀ ਤੇ ਫਿਰ ਤੁਹਾਡੇ ਜਿੱਦਾਂ ਤੁਸੀਂ ਵੀ ਉਹਨਾਂ ਦੇ ਨਾਲ ਚਲੇ ਗਏ ਤੇ ਫਿਰ ਜਿਹੜਾ ਤੁਹਾਡਾ ਖੇਤੀਬਾੜੀ ਦਾ ਕੰਮ ਸੀਗਾ ਉਹ ਪ੍ਰਭਾਵਿਤ ਨਹੀਂ ਹੋਇਆ ਪ੍ਰਭਾਵਿਤ ਸੀਗਾ ਪਰ ਉਹ ਅਸੀਂ ਵੱਡਾ ਭਰਾ ਸੀਗਾ ਭਤੀਜੇ ਸੀ ਮੇਰੇ ਇਹ ਸੰਭਾਲਦੇ ਸੀ ਅੱਛਾ ਖੇਤੀਬਾੜੀ ਇਹ ਸੰਭਾਲਦੇ ਸੀ ਹਾਂਜੀ ਉਹ ਅਸੀਂ ਇਕੱਠੇ ਸੀਗੇ ਤੁਸੀਂ ਦੋਨੇ ਗਾਇਕੀ ਵੱਲ ਹੋ ਗਏ ਹਾਂਜੀ ਹਾਂਜੀ ਹਾਂਜੀ
ਚਲੋ ਉਧਰ ਵੀ ਵਧੀਆ ਸੀਗਾ ਫਿਰ ਚਲੋ ਉਹਨਾਂ ਦੀ ਮੈਰਿਜ ਵੀ ਹੋ ਗਈ ਉਹਨਾਂ ਦੇ ਬੱਚੇ ਵੀ ਹੋ ਗਏ ਤੇ ਫਿਰ ਉਸੇ ਦੌਰਾਨ ਮੇਰੇ ਖਿਆਲ ਜਿਹੜੇ ਤੁਸੀਂ ਤਿੰਨੇ ਭਰਾ ਇਕੱਠੇ ਵਾਹੀ ਕਰਦੇ ਸੀਗੇ ਮੇਰੇ ਖਿਆਲ ਉਸੇ ਦੌਰਾਨ ਤੁਸੀਂ ਅਲੱਗ ਵੀ ਹੋ ਗਏ ਹਾਂਜੀ 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 ਅਸੀਂ ਅਸਲ ਅੱਡ ਤਾਂ ਹੋਏ ਨਹੀਂ ਜੀ ਅੱਛਾ ਜੀ ਬਈ ਉਹ ਪੰਜਾਬ ਉੱਠ ਗਿਆ ਸੀ ਅੱਜ ਵੀ ਨਹੀਂ ਅੱਡ ਜੀ ਜੀ ਤੇ ਨਾ ਹੀ ਅਸੀਂ ਪਹਿਲਾਂ ਅੱਡ ਸੀ ਅੱਜ ਵੀ ਅਸੀਂ ਇਕੱਠੇ ਹਾਂ ਮੇਜਰ ਰਾਜਸਥਾਨੀ ਜੀ ਦੀ ਡੈਥ ਤੋਂ ਬਾਅਦ ਕਿਉਂਕਿ ਤੁਸੀਂ ਵੀ ਨਾਲ ਜਾਂਦੇ ਸੀ ਤੁਸੀਂ ਵੀ ਗਾਇਕੀ ਦਾ ਸ਼ੌਕ ਰੱਖਦੇ ਮੈਂ ਵੀ ਪਹਿਲਾਂ ਜੇਲ੍ਹ ਚ ਵੀ ਅਸੀਂ ਇਕੱਠੇ ਗਾਉਂਦੇ ਰਹੇ ਹਾਂ ਜੀ ਤੇ ਮੈਂ ਬਾਅਦ ਮੇਜਰ ਤੋਂ ਬਾਅਦ ਸਟੇਜਾਂ ਬਹੁਤ ਲਾਈਆਂ ਜੀ ਰਿਕਾਰਡਿੰਗ ਵੀ ਕਰਵਾਈ ਮੈਂ ਫਿਰ ਉਦੋਂ ਸਥਿਤੀ ਇਹ ਜੀ ਸੀ ਰਿਲੀਜ਼ ਨਹੀਂ ਕਰ ਸਕਿਆ ਅੱਛਾ ਗਾਣਾ ਤੋਂ ਹੀ ਗਾਣਾ ਕੋਈ ਨਹੀਂ ਰਿਕਾਰਡ ਕੀਤਾ ਲੇਕਿਨ ਸਟੇਜ ਗਾਣੇ ਮੈਂ ਰਿਕਾਰਡ ਕਰਵਾਏ ਮੇਰੀ ਕੈਸਟ ਰਿਕਾਰਡ ਹੋਈ ਆ ਬਾਲਾ ਜੀ ਚ ਬਠਿੰਡੇ ਚਾਰ ਗੀਤ ਡਿਊਟ ਮੈਂ ਰਿਕਾਰਡ ਕਰਾਏ ਸੀ ਨਹੀਂ ਰਿਲੀਜ਼ ਨਹੀਂ ਹੋਏ ਰਿਲੀਜ਼ ਨਹੀਂ ਕਰੇ ਸੀ ਅੱਛਾ ਕੋਈ ਗਾਣਾ ਦਰਸ਼ਕਾਂ ਨਾਲ ਸਾਂਝਾ ਕਰੋਗੇ ਹਾਂਜੀ 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 ਜ਼ਰੂਰ ਕਰੋ ਜੀ ਮੇਰਾ ਜਿਹੜਾ ਰਿਕਾਰਡ ਹੋਇਆ ਗੀਤ ਡਿਊਟ ਜੀ ਕੱਲ ਦਰਵਾਜੇ ਵਿੱਚੋਂ ਰਿਉੜੀਆਂ ਤੇ ਆਈਆਂ ਅੱਜ ਕੋਠੀ ਵਿੱਚੋਂ ਗੰਨੇ ਦੀ ਗਨੇਰੀ ਕੱਲ ਦਰਵਾਜੇ ਵਿੱਚੋਂ ਰਿਉੜੀਆਂ ਤੇ ਆਈਆਂ ਅੱਜ ਕੋਠੀ ਵਿੱਚੋਂ ਗੰਨੇ ਦੀ ਗਨੇਰੀ ਸੱਚੋ ਸੱਚ ਗੱਲ ਦੱਸ ਦੇ ਨੀ ਲੱਤ ਭੰਨ ਦੂਰ ਕਾਨੇ ਤੇਰੀ ਸੱਚੋ ਸੱਚ ਗੱਲ ਦੱਸ ਦੇ ਨੀ ਲੱਤ ਭੰਨ ਦੂਰ ਕਾਨੇ ਤੇਰੀ ਕਹਿੰਦੇ ਨੇ ਸ਼ਰੀਕ ਹੁੰਦਾ ਮਿੱਟੀ ਦਾ ਨੀ ਮਾਨ ਹੱਥ ਜੋੜ ਮੈਂ ਵਾਸਤੇ ਪਾਉਂਦੀ ਚੰਦਰੀ ਜਠਾਣੀ ਮੱਖਣਾ ਐਵੇਂ ਝੂਠੀਆਂ ਤੂੰ ਮਤਾ ਲਾਉਂਦੀ ਚੰਦਰੀ ਜਠਾਣੀ ਮੱਖਣਾ ਐਵੇਂ ਝੂਠੀਆਂ ਤੂੰ ਮਤਾ ਲਾਉਂਦੀ ਇਹ ਜੀ ਗੀਤੇ ਦਿਆਲਪੁਰ ਵਾਲ ਦਾ ਗੀਤ ਸੀ ਅੱਛਾ ਇਹ ਤੁਸੀਂ ਰਿਕਾਰਡ ਕਰਾਇਆ ਸੀ ਹਾਂਜੀ 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 ਅੱਛਾ ਬੋਹੜ ਜੀ ਰਾਜਸਥਾਨੀ ਜੀ ਦੇ ਪਰਿਵਾਰ ਵਿੱਚ ਉਹਨਾਂ ਥੋੜੀ ਜਿਹੀ ਜਾਣਕਾਰੀ ਦਾ ਉਹਨਾਂ ਦੇ ਬੱਚਿਆਂ ਬਾਰੇ ਉਹਦੇ ਘਰ ਵਾਲੀ ਦਾ ਨਾਮ ਸਹਿਜਪ੍ਰੀਤ ਕੌਰ ਆ ਮੁੰਡੇ ਦਾ ਨਾਮ ਨਵਦੀਪ ਆ ਤੇ ਕੁੜੀ ਦਾ ਨਾਮ ਜੋਤੀ ਠੀਕ ਹੈ ਠੀਕ ਹਾਂਜੀ ਤੇ ਕੋਈ ਮੇਜਰ ਰਾਜਸਥਾਨੀ ਜੀ ਦਾ ਗਾਣਾ ਸਾਂਝਾ ਕਰੋਗੇ ਜ਼ਰੂਰ ਕਰੋ ਜਿਹੜਾ ਤੁਸੀਂ ਅਕਸਰ ਗੁਣਗੁਣਾਉਂਦੇ ਸੀਗੇ ਜਾਂ ਗਾਇਕ ਬਣਨ ਤੋਂ ਪਹਿਲਾਂ ਜਿਹੜੇ ਗਾਣੇ ਤੁਹਾਨੂੰ ਪਸੰਦ ਸੀਗੇ ਤੁਹਾਨੂੰ ਕਿਹੜਾ ਗਾਇਕ ਪਸੰਦ ਸੀਗਾ ਪਹਿਲਾਂ ਅਸੀਂ ਜੀ ਜ਼ਿਆਦੇ ਦੋਨੇ ਦਦਾਰ ਗਾਉਂਦੇ ਸੀ ਦੋਨੇ ਦਦਾਰ ਸੰਧੂ ਨੂੰ ਦੋਨੇ ਦਦਾਰ ਸੰਧੂ ਪਹਿਲਾਂ ਦਦਾਰ ਸੰਧੂ ਜੀ ਦਾ ਕੋਈ ਲੈਣਾ ਸੁਣਾਓ ਦੋ ਚਾਰ ਮਾਹੀ ਵੇ ਮਾਹੀ ਮੈਨੂੰ ਵੈਦਾ ਮੰਗਾ ਦੇ ਆਵੇ ਪਲਾ ਜੇ ਸਾ ਸੁਖ ਦਾ ਵੇ ਮੇਰਾ ਕੱਲ ਦਾ ਕਾਲ ਜਾ ਦੁੱਖ ਦਾ ਵੇ ਮੇਰਾ ਕੱਲ ਦਾ ਜੀ ਤੇ ਮੇਜਰ ਰਾਜਸਥਾਨੀ ਜੀ ਦਾ ਕੋਈ ਗਾਣੇ ਦੀਆਂ ਦੋ ਲਾਈਨਾਂ ਜ਼ਰੂਰ ਸੁਣਾਓ ਸੁਣ ਅੰਮੀਏ ਮੇਰੀ ਅਰਜ ਕੁੜੇ ਨੀ ਮੇਰਾ ਦੱਸਣਾ ਤੈਨੂੰ ਫਰਜ ਕੁੜੇ ਨੀ ਸੁਖ ਪਾਉਣ ਨੀ ਦਿੰਦਾ ਲਾਲ ਇਸ਼ਕ ਦਾ ਰੋਗ ਮਾਏ ਨੀ ਮੈਨੂੰ ਸੌਣ ਨੀ ਦਿੰਦਾ ਲਾਲ ਇਸ਼ਕ ਦਾ ਰੋਗ ਮਾਏ ਨੀ ਮੈਨੂੰ ਸੌਣ ਨੀ ਦਿੰਦਾ ਵਾਹ ਜੀ ਵਾਹ ਤੇ ਬੋਹੜ ਜੀ ਅੱਜ ਕੱਲ ਫਿਰ ਗਾਇਕੀ ਤੋਂ ਮੈਨੂੰ ਲੱਗਦਾ ਪਿੱਛੇ ਹਟੇ ਥੋੜਾ ਹਾਂਜੀ 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 ਮਤਲਬ ਵੈਸੇ ਮਾੜਾ ਮੋਟਾ ਕਰੀਦਾ ਪਰ ਥੋੜਾ ਪਿੱਛੇ ਆ ਗਾਇਕੀ ਤੋਂ ਪਿੱਛੇ ਹਟਿਓ ਪਰ ਜਿੰਨਾ ਕੁ ਮੈਂ ਜਾਣਦਾ ਮੈਨੂੰ ਲੱਗਦਾ ਅੱਜ ਕੱਲ੍ਹ ਪੇਸ਼ਕਾਰ ਦੇ ਤੌਰ ਤੇ ਤੁਸੀਂ ਕਾਫੀ ਮੁੰਡੇ ਨਵੇਂ ਪੇਸ਼ ਕਰੇ ਆ ਕਾਫੀ ਮੁੰਡੇ ਮੈਂ ਪੇਸ਼ ਕਰੇ ਆ ਕਿਹੜੇ ਕਿਹੜੇ ਜ਼ਿਕਰ ਜੋ ਮੈਂ ਜੀ ਤਾਰਾ ਦਿਉਣ ਜੀ ਪੇਸ਼ ਕਰਿਆ ਜੀ ਬਾਦਲ ਰਾਜਸਥਾਨੀ ਜੀ ਹੁਣ ਦੋ ਚਾਰ ਮੁੰਡਿਆਂ ਦੀ ਤਿਆਰੀ ਚੱਲੀ ਜਾਂਦੀ ਹੈ ਦੋ ਚਾਰ ਹੋਰ ਮੁੰਡੇ ਹਾਂਜੀ 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 ਲਿਖਦੇ ਵੀ ਹੋ ਤੁਸੀਂ ਨਹੀਂ ਲਿਖਦਾ ਨਹੀਂ ਲਿਖਦੇ ਨਹੀਂ ਹਾਂਜੀ ਅੱਛਾ ਉਹਨਾਂ ਨੂੰ ਤਿਆਰ ਕਰਾ ਕੇ ਤੇ ਉਹਨਾਂ ਨੂੰ ਰਿਕਾਰਡ ਕਰਕੇ ਪੇਸ਼ ਕਰਾ ਰਹੇ ਹਾਂਜੀ 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 ਹੁਣ ਦੋ ਚਾਰ ਮੁੰਡਿਆਂ ਦੀ ਤਿਆਰੀ ਚੱਲੀ ਜਾਂਦੀ ਆ ਹੁਣ ਰਿਕਾਰਡਿੰਗ ਹੋਣ ਵਾਲੀ ਆ ਉਸ ਤੋਂ ਬਾਅਦ ਉਹਨਾਂ ਨੂੰ ਪੇਸ਼ ਕਰਾਂਗੇ ਠੀਕ ਹੈ ਅੱਛਾ ਇਸ ਲਾਈਨ ਦੇ ਵਿੱਚ ਤੁਹਾਨੂੰ ਤੇ ਮੇਜਰ ਰਾਜਸਥਾਨੀ ਜੀ ਨੂੰ ਕੋਈ ਖਾਸ ਬੰਦਿਆਂ ਦਾ ਜ਼ਿਕਰ ਕਰਨਾ ਚਾਹੋ ਜਿਨ੍ਹਾਂ ਦਾ ਤੁਹਾਨੂੰ ਯੋਗਦਾਨ ਬਹੁਤ ਬਹੁਤ ਬੰਦੇ ਜਿੰਨੇ ਸਾਡੇ ਯਾਰ ਮਿੱਤਰ ਸੀ ਜੀ ਮੈਂ ਦੁਨੀਆ ਭਰ ਦੇ ਵੀ ਅਸੀਂ ਗਿਣੀ ਨਹੀਂ ਸਕਦੇ ਵੀ ਜਿਨ੍ਹਾਂ ਨੇ ਸਾਨੂੰ ਯੋਗਦਾਨ ਦਿੱਤਾ ਜੀ 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 ਮਤਲਬ ਕੋਈ ਖਾਸ ਨਾਂ ਹਾਂਜੀ ਹਾਂਜੀ ਸਰਪੰਚ ਫਲੌਰ ਸਿੰਘ ਬਜੀਦਪੁਰ ਭੋਮਾ ਜੀ ਬੇਅੰਤ ਸਿੰਘ ਖਰਲਾ ਜੀ ਜਗਦੀਸ਼ ਕੀ ਨਾਂ ਮਲਕਾਣਾ ਜੀ ਜੋਧਾ ਮਲਕਾਣਾ ਬਹੁਤ ਹੀ ਗੁਰਦਿੱਤ ਸਿੰਘ ਰੜਿਆਲਾ ਤੁਹਾਨੂੰ ਗਿਣ ਹੀ ਨਹੀਂ ਸਕਦੇ ਜੀ ਸਾਨੂੰ ਕਿੰਨੇ ਕੁ ਬੰਦਿਆਂ ਦਾ ਸਹਿਯੋਗ ਸੀ ਬਹੁਤ ਲੋਕਾਂ ਦਾ ਸਹਿਯੋਗ ਹਾਂਜੀ ਹਾਂਜੀ ਬਹੁਤ ਜ਼ਿਆਦਾ ਠੀਕ ਹੈ ਠੀਕ ਹੈ ਠੀਕ ਹੈ ਜੀ ਸੋ ਦੋਸਤੋ ਇਹ ਸਨ ਸਾਡੇ ਨਾਲ ਸਵਰਗੀ ਮੇਜਰ ਰਾਜਸਥਾਨੀ ਜੀ ਦੇ ਵੱਡੇ ਭਰਾ ਬੋਹੜ ਸਿੰਘ ਜੀ ਰਾਜਸਥਾਨੀ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਦੋਸਤੋ ਅਗਲੇ ਐਪੀਸੋਡ ਦੇ ਵਿੱਚ ਹੋਰ ਜ਼ਿਆਦਾ ਜਾਣਕਾਰੀ ਲੈ ਕੇ ਹੋਰ ਕਿਸੇ ਸੱਜਣ ਦੇ ਨਾਲ ਤੁਹਾਡੇ ਦਰਸ਼ਨ ਕਰਾਂਗੇ ਤਦ ਤੱਕ ਸਾਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ